ਬਿਲਕੁਲ ਗਲਤ ਫੈਸਲਾ ਲਿਆ ਜੀ। ਬਾਕੀ ਇੱਕ ਗੱਲ ਕਹਿਣੀ ਹੈ ਬਾਸੀ ਸਾਹਿਬ, ਮੈਂ ਸ਼ਾਇਦ ਮਤਲਬ ਤੁਹਾਡੇ ਸਰੋਤਿਆਂ ਨੂੰ ਸ਼ਬਦ ਚੰਗੇ ਨਾ ਲੱਗਾ, ਪਰ ਇੱਕ ਤਾਂ ਹੋ ਗਿਆ ਜੀ ਇਹ ਸਿੱਧੂ ਮੂਸੇ ਵਾਲਾ, ਤੇ ਇੱਕ ਹੋ ਗਿਆ ਜੀ ਨਵਜੋਤ ਸਿੰਘ ਸਿੱਧੂ। ਇਹ ਦੋਨੇ ਹੀ ਜੀ, ਇਹ ਦੋਹੇ ਦੇ ਦੋਹੇ ਹੀ ਭੈਣ ਚੋਦ। ਇਹੋ ਜਿਹੇ ਸ਼ਬਦ ਨਹੀਂ ਵਰਤਣੇ। ਆਈ ਐਮ ਸੋਰੀ ਨੰਬਰ 5, ਆਈ ਐਮ ਸੋਰੀ, ਮੈਂ ਅੱਖੇ ਬੱਚਾ ਚਾਹੁੰਦਾ ਔਰ ਤੁਹਾਡਾ ਗੁੱਸਾ ਹੈ, ਬਟ ਇੰਨਾ ਨਹੀਂ ਕੁਛ ਲੈ ਸਕਦੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਨੰਬਰ 5 ਕਾਲਰ ਪਲੀਜ਼। ਬਸ ਜੀ ਬੁਰਾ ਗੱਲ ਕਰ ਰਿਹਾ ਜੀ ਬ੍ਰਾਂਡਨ ਤੋਂ। ਹੈਲੋ, ਹਾਂਜੀ ਹਾਂਜੀ ਬੋਲੋ ਜੀ, ਬੋਲੋ ਕੀ ਕਰ ਰਹੇ। ਸੁਸਾ ਪਲੀਜ਼ ਮੇਰਾ ਲਾਈਨ ਚੈੱਕ ਕਰ ਲਓ ਪਹਿਲਾਂ। ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਸੀ ਜੀ, ਇੱਕ ਸੈਕਿੰਡ ਲਾਈਨ ਚੈੱਕ ਕਰ ਲਓ ਪਲੀਜ਼। ਨੰਬਰ ਨੇ ਕਾਂਗਰਸ ਜੁਆਇਨ ਕੀਤੀ ਆ ਜੀ ਜੀ, ਇਹੀ ਵਿਚਾਰ ਆ ਵੀ ਮੂਸੇ ਵਾਲਾ ਹੋਈ ਪਈ ਐ। ਨੰਬਰ 4 ਕਾਲਰ ਪਲੀਜ਼। ਫੇਰ ਕੌਣ ਮੁੱਖ ਮੰਤਰੀ ਤੇ ਕੌਣ ਮੰਤਰੀ ਤੇ ਕੌਣ ਸੰਤਰੀ ਹੈ? ਮੈਂ ਆਪਣੇ ਦੇਸ਼ ਪ੍ਰਤੀ ਸ਼ਰ ਰੱਖਦਾ। ਸਰਕਾਰ ਹੋਣੀ ਹੈ, ਚੰਨੀ ਦੀ ਸਰਕਾਰ ਹੀ ਹੋਣੀ ਹੈ। ਬਿਟ ਲਿਖ ਕੇ ਲੈ ਲਓ, ਚੰਨੀ ਜੀ ਮੁੱਖ ਮੰਤਰੀ ਪੰਜਾਬ ਦਾ ਦੁਬਾਰਾ ਬਣ ਜੂਵੇ, ਮੇਰੇ ਨਾਲ ਜਗਿੰਦਰ ਬਾਸੀ ਹੈ। ਥੈਂਕ ਯੂ ਸੋ ਮਚ। ਬਿਲਕੁਲ ਲਿਖ ਲਓ ਜੀ, ਚੰਨੀ ਮੁੜ ਕੇ ਪੰਜਾਬ ਦਾ ਮੁੱਖ ਮੰਤਰੀ ਬਣ ਜੂਵੇ ਤੇ ਮੇਰੇ ਨਾਲ ਜਗਿੰਦਰ ਬਾਸੀ ਹੈ। ਮੈਂ ਇਹ ਨਹੀਂ ਕਹਿੰਦਾ ਕਾਂਗਰਸ ਨਹੀਂ ਆ ਸਕਦੀ, ਪਰ ਮੈਂ ਇਹ ਕਹਿਣ ਨੂੰ ਤਿਆਰ ਹੈ ਕਿ ਚੰਨੀ ਜੇ ਮੁੱਖ ਮੰਤਰੀ ਪੰਜਾਬ ਦਾ ਬਣ ਜੂਵੀ ਤਾਂ ਮੈਂ ਰੇਡੀਓ ਸਟੇਸ਼ਨ ਤੇ ਨਹੀਂ ਆਵਾਂਗਾ, ਤੇ ਮੈਨੂੰ ਕਿਸੇ ਵੀ ਮੰਤਰੀ ਜਾਂ ਸੰਤਰੀ ਦੀ ਲੋੜ ਨਹੀਂ ਹੈ। ਮੇਰੀ ਜ਼ਿੰਦਗੀ ਦੀ ਬਹੁਤ ਕੀਤੀ ਹੋਈ ਕਮਾਈ ਜਿਹੜੀ ਹੈ ਮੇਰੇ ਆਪਣੇ ਸੋਰਸਿਸ ਨੇ, ਮੈਂ ਕਾਨੂੰਨ ਦੀ ਅਵਸਥਾ ਅਤੇ ਅਦਾਲਤ ਦੇ ਸਿਰ ਚੁਕਾਉਂਦਾ ਹਾਂ, ਔਰ ਮੈਂ ਕਿਸੇ ਵੀ ਪਾਰਟੀ